ਵਕਤ ਦੀ ਕੋਈ ਕੀਮਤ ਨਹੀਂ ਪਰ ਇਹ ਬੜਾ ਕੀਮਤੀ ਹੈ ਇੱਕ ਸਕਿੰਟ ਦੀ ਕੀਮਤ ਉਹਨੂੰ ਪੁੱਛੋ ਜਿਨੇ 100 ਮੀਟਰ ਦੀ 올림픽 ਦੌੜ ਲਾਉਣੀ ਹੈ ਇੱਕ ਮਿੰਟ ਦਾ ਮਹੱਤਵ ਉਹ ਹੀ ਜਾਣਦਾ ਜਿਹਦੀ ਹੁਣੇ ਗੱਡੀ ਨਿਕਲ ਗਈ ਹੋਵੇ ਵਕਤ ਹਰ ਵੇਲੇ ਹਰ ਕਿਸੇ ਲਈ ਉਪਜ ਰਿਹਾ ਹੁੰਦਾ ਹੈ ਹਰ ਵੇਲੇ ਹਰ ਕਿਸੇ ਵੱਲੋਂ ਵਰਤਿਆ ਜਾ ਰਿਹਾ ਹੁੰਦਾ ਹੈ ਵਕਤ ਦਾ ਕੋਈ ਬਦਲ ਨਹੀਂ ਇਹ ਹਰ ਚੀਜ਼ ਨੂੰ ਮਾਪਣ ਦਾ ਪੈਮਾਨਾ ਹੈ ਅਸੀਂ ਕਿਸੇ ਚੀਜ਼ ਦਾ ਮੁੱਲ ਪੈਸਿਆਂ 'ਚ ਨਹੀਂ ਤਾਰਦੇ ਉਸ ਚੀਜ਼ ਨੂੰ ਖਰੀਦਣ ਲਈ ਪੈਸਿਆਂ ਨੂੰ ਕਮਾਉਣ ਲਈ ਲੱਗੇ ਵਕਤ ਵਿੱਚ ਤਾਰਦੇ ਹਾਂ ਕੁਝ ਵੀ ਕਰਨਾ ਹੋਵੇ ਕਿਧਰੇ ਜਾਣਾ ਹੋਵੇ ਕਿਸੇ ਨੂੰ ਮਿਲਣਾ ਹੋਵੇ ਵਕਤ ਦੀ ਲੋੜ ਪੈਂਦੀ ਹੈ ਅਸੀਂ ਜੀਵਨ ਨੂੰ ਮਾਪਦੇ ਸਾਲਾਂ ਚ ਕਮਾਉਂਦੇ ਮਹੀਨਿਆਂ ਚ ਜਿਉਂਦੇ ਦਿਨਾਂ ਚ ਗਿਣਦੇ ਘੰਟੇ ਤੇ ਮਿੰਟਾਂ ਚ ਸਭ ਕੁਝ ਵਕਤ ਦੇ ਪ੍ਰਭਾਵधीन ਹੈ ਹਰ ਕਿਸੇ ਦੀ ਵਕਤ ਦੀ ਸੋਝੀ ਵੱਖਰੀ ਹੈ ਸਫਲਤਾ ਸਫਲਤਾ ਦੋਹਾਂ ਦਾ ਆਧਾਰ ਹੈ ਇੰਨਾ ਕੀਮਤੀ ਇੰਨਾ ਮੁੱਲਵਾਂ ਇੰਨਾ ਮਹੱਤਵਪੂਰਨ ਹੋਣ ਦੇ ਬਾਵਜੂਦ ਲਗਭਗ ਹਰ ਕੋਈ ਇਹਨੂੰ ਅਜਾਈਂ ਗਵਾਈ ਜਾ ਰਿਹਾ ਹੈ